इन वादियों में हम दोनों घूम रहे हैं। ओ भाई ठीक है वापे। फिर साढ़े दिमाग च एक होर सीन आया, फिर हम साडा प्लान बन रहा किसी तवड़ी होर थां जाने दा। रोहतांग पास सीगा इत्थों 50 कितने 25-30 किलोमीटर सीगा उत्थों मसाई। ते आपां हुण चलदे आ बारालाचा पास जिहड़ा ओह सीगा हंडा। सुनिया ही आ लोकां तों वोटां वोटां च देखिया वा, कहिंदे बहुत ज्यादा वधिया। हुण उत्थे वी चलदे आ, चलो देख लैंदे आ की बणदा की नहीं बणदा। ਹਾਂਜੀ ਮਿੱਤਰੋ, ਤੇ ਆਪਣਾ ਹੁਣ ਜਿਹੜਾ ਪਲੈਨ ਸੀਗਾ ਬਣਦਾ ਬਣ ਰਿਹਾ ਵਾ ਬਾਰਾਲਾਚਾ ਜਾਣ ਦਾ। ਤੇ ਰਸਤੇ ਚ ਖੂਬਸੂਰਤ ਜਿਹਾ ਵਿਊ ਦੇਖ ਕੇ ਸਾਡੇ ਨਾ ਅੱਖਾਂ ਭਰ ਆਈਆਂ, ਕੁਛ ਨੀ ਭਰ ਆਇਆ, ਸਭ ਬਸ ਮਨ ਜਾ ਕੀਤਾ 2000 ਹੁਣ ਫੋਟੋਆਂ ਖਿੱਚ ਲਈਆਂ ਸੋਹਣੀਆਂ ਹੀ ਆ ਯਾਰ, ਘੈਂਟ ਆ ਰਿਹਾ ਵਿਊ ਬਹੁਤ ਜ਼ਿਆਦਾ। ਸਾਰੇ ਪਾਸੇ ਨਾ ਸੁੱਕੇ ਜਿਹੇ ਪਹਾੜ ਹੀ ਨੇ, ਗ੍ਰੀਨਰੀ ਤਾਂ ਬਹੁਤ ਘੱਟ ਹੀ ਆ। ਬਾਕੀ ਹੁਣ ਖਿਚਾਉਂਦੇ ਇੱਥੇ ਫੋਟੋਆਂ, ਵੀਡੀਓ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ ਬ੍ਰੋ। ਇੱਕ ਫੋਟੋ ਤੇ ਵੀਡੀਓ ਲਈ ਆਪਾਂ ਕੁਝ ਵੀ ਕਰਾਂਗੇ, ਜਾਨ ਤੱਕ ਦੇਵਾਂਗੇ। ਓਏ ਦੇਖੋ ਆਪਾਂ ਕਿੱਥੇ ਪਹੁੰਚ ਗਏ ਬਾਬੇ ਓਏ। ਲਾਈਫ ਨੂੰ ਬ੍ਰੋ ਚਿੱਲ ਕਰਿਆ ਕਰੋ, ਚਿੱਲ ਬ੍ਰੋ। ਪਤਾ ਨਹੀਂ ਹੁੰਦਾ ਬੱਬੇ ਕਦੋਂ ਮਰ ਜਾਣਾ, ਜ਼ਿੰਦਗੀ ਨੂੰ ਇੰਜੋਏ ਕਰੋ, ਇੰਜੋਏ। ਫੋਟੋਆਂ ਖਿੱਚ ਲੀਆਂ ਨੇਗੀਆਂ, ਫੋਟੋਆਂ ਬਸ ਠੀਕ ਠਾਕ ਆਈਆਂ ਨੇ, ਕਿਉਂਕਿ ਖਿੱਚਣ ਵਾਲੇ ਬੰਦੇ ਬਹੁਤ ਜ਼ਬਰਦਸਤ ਸੀਗੇ। ਫੋਟੋਆਂ ਰੀਲਾਂ ਉਹਨਾਂ ਨੇ ਬਹੁਤ ਖਤਰਨਾਕ ਕੰਮ ਕੀਤਾ। ਹੁਣ ਚਲੋ ਖਿੱਚਣਾ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ, ਵਧੀਆ ਫੋਟੋ ਨਹੀਂ ਖਿੱਚੀ, ਪਰ ਚਲੋ ਯਾਰ ਕੋਈ ਨਾ, ਸਾਰੇ ਸਭ ਦੀ ਫੋਟੋ ਘੈਂਟ ਖਿੱਚੀ ਆ, ਪਰ ਮੇਰੀ ਵਾਰ 'ਚ ਫੋਨ ਦੀ ਬੈਟਰੀ ਡੈੱਡ ਹੋ ਗਈ ਯਾਰ, ਬੜੀ ਮੈਨੂੰ ਖਿੱਚ ਚੜੀ ਪੈਣ ਦੀ। ਸਾਰੇ ਬੰਦੇ ਨੇ ਇੰਨੇ ਘੈਂਟ ਗਏ ਰੀਲਾਂ ਫੋਟੋ ਵੀਡੀਓ ਬਣਾਈਆਂ ਨਾ, ਸਾਰੀ ਮੇਰੀ ਵਾਰ 'ਚ ਕੀ ਹੋਇਆ, ਬੈਟਰੀ ਡੈੱਡ ਹੋ ਗਈ ਯਾਰ। ਤਾਂ ਹੀ ਯਾਰ ਹੁਣ ਮੈਂ ਹਿਸਾਬ ਲਾਇਆ, ਸਾਲਾ ਪਹਿਲਾਂ ਆਪਣੀਆਂ ਫੋਟੋਆਂ ਖਿਚਾਇਆ ਕਰੂੰਗਾ। ਚਲੋ ਫਿਰ ਆਪਾਂ ਹੁਣ ਆਹ ਜਗ੍ਹਾ ਨੂੰ ਬਾਏ ਬਾਏ ਕਰਦੇ ਹਾਂ, ਆਹ ਸਾਡੇ ਉੱਪਰ ਪਹੁੰਚ ਗਏ, ਹੁਣ ਆਪਾਂ ਚੱਲਦੇ ਹਾਂ ਅੱਗੇ ਕਿਸੇ ਹੋਰ ਜਗ੍ਹਾ 'ਤੇ। ਆਹ ਦੇਖੋ ਮੈਨੂੰ ਤਾਂ ਖਿੱਚੋ, ਹੁਣ ਬੈਟਰਮੈਨ ਵਾਂਗੂ ਤਾਂ ਮੈਂ ਖੜਾ ਹੋਇਆ। ਆਹ ਦੇਖੋ ਹੁਣ ਚਲੋ ਬਿਨਾਂ ਟਾਈਮ ਵੇਸਟਿੰਗ ਤੋਂ ਚੱਲਦੇ ਹਾਂ ਆਪਾਂ ਬਾਰਾਲਾਚਾ ਪਾਸ ਬ੍ਰੋ। ਇੱਕ ਹੋਰ ਚੈੱਕ ਪੋਸਟ ਆ ਗਈ ਬ੍ਰੋ, ਰਸਤੇ 'ਚ ਰੋਹਤਾਂਗ ਵਾਲੇ ਦਾ ਜਾਣ ਨਹੀਂ ਦਿੱਤਾ, ਬੜੇ ਫੁੱਦੂ ਬੰਦੇ ਆ ਉਹ ਸਾਲੇ ਭੈਣ, ਸਾਨੂੰ ਰੋਕਣਗੇ ਇਹਨਾਂ ਨੇ, ਰੋਕਣਗੇ ਰੋਕਣਾ। 200 ਰੁਪਈਏ ਦਾ ਚੜਾਵਾ ਚੜਾ ਕੇ ਹਿਮਾਚਲ ਵਾਲੇ ਬੰਦਿਆਂ ਨੂੰ, ਇਸ ਤੋਂ ਫਿਰ ਥੋੜ੍ਹਾ ਜਿਹਾ ਗਾਂਹ ਵਧਾਂਗੇ ਥੋੜ੍ਹਾ ਜਿਹਾ। ਘੈਂਟ ਨਹੀਂ ਆ ਰਹੀ ਯਾਰ, ਦੇਖਦੇ ਹਾਂ ਕੀ ਬਣਦਾ। ਚਲੋ ਜੀ ਲੋਡਿੰਗ ਹੋ ਚੁੱਕੀ ਆ ਸਟਾਰਟ, ਤੇ ਹੁਣ ਆਪਾਂ ਸਵਿਫਟ ਲੈ ਕੇ ਆ ਚੁੱਕੇ ਹਾਂ। ਬਾਰਾਲਾਚਾ ਤੱਕ ਆਪਾਂ ਹੁਣ ਜਾਣਾ ਆਪਣੀ ਸਵਿਫਟ ਤੇ ਹੀ। ਸਾਡੀ ਗੱਡੀ 'ਚ ਟਾਇਰ ਆ ਨਾ, 3 ਟਾਇਰ ਪੂਰੇ ਐਂਡ ਨੇਗੇ, 1 ਟਾਇਰ 'ਚ ਪਈ ਹੋਈ ਆ ਸਟਿੱਪਣੀ ਬ੍ਰੋ, ਪਰ ਰੱਬ ਨਾਲ ਹੈਗਾ ਯਾਰ, ਰੱਬ ਦਾ ਨਾ ਬਹੁਤ ਸਹਾਰਾ ਹੁੰਦਾ ਸਾਡੇ ਬਾਰੇ ਗਰੀਬ ਬੰਦਿਆਂ ਨੂੰ, ਕਿਉਂਕਿ ਅਸੀਂ ਬਹੁਤ ਥੋੜ੍ਹੇ ਪੈਸੇ ਪਾ ਕੇ ਟਰੈਵਲ ਕਰਦੇ ਹਾਂ। ਅੱਜ ਕੱਲ੍ਹ ਤੁਹਾਨੂੰ ਮੈਂ ਗੱਲ ਦੱਸਦਾ, ਅਸੀਂ ਜਿਹੜੇ ਬੰਦੇ ਆ ਨਾ ਅਸੀਂ ਬਹੁਤ ਘੱਟ ਪੈਸੇ ਟਰੈਵਲ ਕਰਦੇ ਹਾਂ, ਪਰ ਲੋਕਾਂ ਨਾਲ ਤਾਂ ਬੜਾ ਹੀ ਪੈਸੇ ਡਾਂਦੇ ਆ, ਅਸੀਂ ਪੈਸਾ ਕੋਈ ਨਹੀਂ ਡਾਂਦੇ ਬ੍ਰੋ, ਸਾਡੇ ਕੋਲ ਪੈਸੇ ਹੁੰਦੇ ਡਾਵਾਂਗੇ ਕੀ ਪੈਸੇ। ਦੋਸਤੋ ਵਿਊ ਜੋ ਹੈ ਨਾ ਬਹੁਤ ਹਾਈ ਲੈਵਲ ਕਾ ਚੁੱਕਾ ਹੈ, ਕਿਉਂਕਿ ਅਸੀਂ ਹੈਗੇ ਹਾਂ ਮਕੈਨਿਕ ਬੰਦੇ, ਗੱਡੀ ਚਲਾਉਂਦੇ ਹਾਂ, ਸਾਡੀ ਗੱਡੀ ਬਬਲਿੰਗ ਕਰਦੀ ਸੀ, ਸਾਨੂੰ ਲੱਗਿਆ ਉੱਦਾਂ ਕਰਦੀ ਹੋਊਗੀ, ਪਰ ਜਦੋਂ ਲੱਗਿਆ ਨਾ ਬਾਹਲੀ ਕਰਦੀ ਪਈ ਆ, ਉਹ ਨਟ ਬੋਲਟ ਥੋੜ੍ਹੇ ਢਿੱਲੇ ਹੁੰਦੇ ਆ, ਤਾਂ ਅਸੀਂ ਚੱਕਣ ਨੂੰ ਰੁਕ ਗਏ ਥੋੜ੍ਹਾ ਜਿਹਾ, ਫਿਰ ਅਸੀਂ ਉਹਨੂੰ ਥੋੜ੍ਹਾ ਖੋਲ੍ਹ ਕੇ ਆਪੀ ਥੋੜ੍ਹਾ ਟਾਇਟ ਕੀਤਾ। ਸਹੀ ਆ ਹੁਣ ਬਬਲੀ ਕਰ ਰਹੇ ਥੋੜ੍ਹਾ ਥੋੜ੍ਹਾ ਟਾਇਰ ਯਾਰ, ਤਾਂ ਕਰਕੇ। ਬਾਕੀ ਤੁਸੀਂ ਵਿਊ ਦਾ ਬਾਬਿਓ ਨਜ਼ਾਰਾ ਲਓ, ਯਾਰ ਮੇਰੇ ਨਾ ਫੋਨ ਦੀ ਇੰਨੀ ਕੁਆਲਿਟੀ ਨਹੀਂ ਕਿ ਤੁਹਾਨੂੰ ਮੈਂ ਬਹੁਤ ਤਗੜੀ ਚੀਜ਼ ਦਿਖਾ ਸਕਾਂ, ਅਤੇ ਮੇਰੇ ਫੋਨ ਦੀ ਹੁੰਦੀ ਨਾ ਕੁਆਲਿਟੀ, ਮੈਂ ਕਹਿੰਦਾ ਬਹੁਤ, ਤੁਹਾਨੂੰ ਮੈਂ ਬਹੁਤ ਜ਼ੂਮ ਕਰ ਕਰਕੇ ਚੀਜ਼ਾਂ ਦਿਖਾਉਣੀਆਂ ਸੀ ਯਾਰ। ਕੋਈ ਨਹੀਂ, ਮੈਨੂੰ ਥੋੜ੍ਹਾ ਟਾਈਮ ਹੋਰ ਦਿਓ, ਮੈਂ ਫੋਨ ਫਾਨ ਲਊਂਗਾ ਵਧੀਆ ਜਿਹਾ ਕੋਈ, ਫਿਰ ਮੈਂ ਵਲੌਗ ਵਧੀਆ ਹੋਰ ਬਣਾਇਆ ਕਰੂੰਗਾ ਕੋਈ ਨਾ। ਫਿਰ ਤੁਸੀਂ ਮੈਨੂੰ ਵਾਰ ਲਾਈਕ ਕਰੋ, ਕਮੈਂਟ ਕਰੋ ਬਾਬਿਓ, ਭੈਣ ਚੋ ਸ਼ੇਅਰ ਕਰੋ ਯਾਰ, ਤਾਂ ਹੀ ਫੋਨ ਆਊਗਾ, ਇੱਦਾਂ ਨਹੀਂ ਆਉਣਾ। ਬਾਕੀ ਯਾਰ ਰਸਤਾ ਨਾ ਐਂਡ ਲੈਵਲ ਵਾਲਾ ਰਸਤਾ, ਮਨਾਲੀ ਮਨੂਲੀ ਤਾਂ ਭੁੱਲ ਜੂਗੇ ਬਾਬਿਓ, ਇੱਥੇ ਆ ਕੇ ਦੇਖਿਓ ਮਨਾਲੀ ਮਨੂਲੀ ਸਾਹਿਬ ਜਾਓਗੇ ਭੁੱਲ ਤੁਸੀਂ। ਨਾਲੇ ਟਾਈਮ ਹਲੇ ਕੁਛ ਨਹੀਂ ਹੋਇਆ, ਸਵੇਰ ਦੇ 9 ਵਜੇ ਨੇ, 9 ਵਜੇ ਅਸੀਂ ਦੇਖ ਲਓ ਪਹੁੰਚੇ ਫਿਰ ਕੇ ਇੱਥੇ, ਪੂਰਾ ਸਵਾਦ ਲੈਣ ਜ਼ਿੰਦਗੀ ਦਾ, ਕਿਉਂਕਿ ਸਾਡਾ ਸਾਰਾ ਦਿਨ ਸਾਡੇ ਲਈ ਛੋਟਾ ਪੈਣਾ, ਤਾਂ ਕਰਕੇ ਸੌਂਦੇ ਉੱਠਦੇ ਤਾਂ ਇੱਥੇ ਟਾਈਮ ਖਰਾਬ ਹੋ ਜਾਣਾ ਸੀਗਾ, ਤਾਂ ਹੀ ਸੋਚਿਆ ਯਾਰ। ਕੀ ਕਹਾਂ ਮੈਂ ਯਾਰ, ਹੁਣ ਮੈਨੂੰ ਤਾਂ ਸਾਲ ਨਾ ਬੋਲਣੋਂ ਸਾਲ ਲੱਭਦਾ ਨਹੀਂ ਵੀ ਸੀ ਕਿ ਮੈਂ ਬੋਲਾਂ ਕੀ, ਕਿਉਂਕਿ ਬਹੁਤ ਤਗੜੀ ਥਾਂ 'ਤੇ ਆ ਚੁੱਕੇ ਹਾਂ,
ਜਿਹੜੀਆਂ ਚੀਜ਼ਾਂ ਮੈਂ ਵੀਡੀਓ 'ਚ ਦੇਖੀਆਂ ਸੀਗੀਆਂ, ਫੋਟੋਆਂ 'ਚ ਦੇਖੀਆਂ ਸੀਗੀਆਂ, ਅੱਜ ਆਪ ਉਹ ਥਾਵਾਂ 'ਚ ਆ ਕੇ ਖੜ ਰਹੇ ਹਾਂ, ਪੂਰਾ ਸਵਾਦ ਆਉਂਦਾ ਹੁਣ 'ਚ। ਮੈਗੀ ਖਾਏਗਾ? ਮੈਗੀ ਮੈਗੀ ਆਹ ਢਾਬਾ ਵਾ, ਢਾਬਾ ਕਹਿ ਲਓ, ਰੈਸਟੋਰੈਂਟ ਕਹਿ ਲਓ, ਜੋ ਮਰਜ਼ੀ ਕਹਿ ਦਓ। ਬਸ ਮੇਰੇ ਵੀਰੋ, ਭੈਣੋ, ਭਰਾਵੋ, ਤੁਸੀਂ ਜਿਹੜੇ ਬੰਦੇ ਮੇਰਾ ਵਲੌਗ ਦੇਖ ਰਹੇ ਹੋ ਨਾ, ਤੁਹਾਡੇ ਸਾਰਿਆਂ ਨੂੰ ਮੈਂ ਇੱਕੋ ਹੀ ਸਲਾਹ ਦਊਂਗਾ ਕਿ ਜੇਕਰ ਤੁਸੀਂ ਰੋਹਤਾਂਗ ਪਾਸ ਜਾਣਾ ਨਾ, ਮਨਾਲੀ ਵੱਲੋਂ ਹੀ ਜਾਇਓ ਯਾਰ। ਹਾਂ, ਮਨਾਲੀ ਵੱਲੋਂ ਜਾਇਓ, ਮੈਨੂੰ ਤਾਂ ਯਾਰ ਬਾਕੀ ਮੈਨੂੰ ਨਹੀਂ ਪਤਾ, ਆਪਣਾ ਦੇਖ ਦੂ ਕੇ ਜਾਇਓ। ਜੇਕਰ ਜੰਨਤ ਦੇ ਨਜ਼ਾਰੇ ਲੈਣੇ ਆ ਨਾ ਮੇਰੇ ਵਾਂਗੂ, ਤਾਂ ਫਿਰ ਆਹ ਥਾਵਾਂ ਦੇ ਜੇਕਰ ਨਜ਼ਾਰੇ ਲੈਣੇ ਆ, ਇੱਧਰ ਹੀ ਥਾਂ ਸਾਰੇ ਕਿਤੇ ਤੁਹਾਨੂੰ ਨਹੀਂ ਮਿਲਣੀ ਹੈ। ਰੋਹਤਾਂਗ ਵਾਲੇ ਇਹੋ ਜਿਹੀ ਥਾਂ ਹੈ ਨਹੀਂ ਗੀ, ਮੈਨੂੰ ਪਤਾ ਯਾਰ, ਮੈਂ ਦੇਖ ਲਾ ਜਾ ਕੇ। ਆਹ ਜਗ੍ਹਾ ਬੈਸਟ ਆ, ਥੋੜ੍ਹੇ ਪੈਸੇ ਵੱਧ ਲੱਗੂਗੇ ਪਰ ਠੰਡ ਗੱਲਬਾਤ ਆ। ਲਓ ਵੀ ਮਿੱਤਰੋ, ਆਪਣੀ ਲਗਭਗ ਮੈਗੀ ਵੀ ਆ ਚੁੱਕੀ ਆ। ਮੈਗੀ ਚੈੱਕ ਦਿਸ, ਮੈਗੀ ਬ੍ਰੋ ਚੈੱਕ ਕਰੋ ਯਾਰ, ਮੈਗੀ ਬੜੀ ਖਤਰਨਾਕ ਬਣਾਈ। ਮੈਗੀ ਖਾਂਦੇ ਪਏ ਹਾਂ, ਮੈਗੀ ਵਧੀਆ ਯਾਰ, 50 ਰੁਪਏ ਦੀ ਮੈਗੀ ਆ, ਵਧੀਆ ਵਾ। ਵੀਰੇ ਨੇ 4-5 ਮਟਰ ਪਾ ਦੇ, ਵਧੀਆ ਯਾਰ। ਮੈਂ ਨਾ ਹੁਣ ਆਹ ਰੋਡ 'ਤੇ ਪਹੁੰਚ ਚੁੱਕਿਆ, ਆਹ ਦੇਖੋ ਪਹਿਲਾਂ ਰੋਡ ਚੈੱਕ ਕਰੋ, ਇਹ ਰੋਡ ਇੰਨਾ ਖਤਰਨਾਕ ਆ ਨਾ, ਇੱਥੇ ਬਹੁਤ ਡੇਂਜਰਸ ਕੰਮ ਹੁੰਦਾ। ਆਹ ਦੇਖੋ, ਆਹ ਦੇਖੋ ਯਾਰ, ਆਹ ਪੱਥਰ ਇਹਨਾਂ ਨੂੰ ਦੇਖ ਕੇ ਤਾਂ ਇਹ ਲੱਗਦਾ ਕਿ ਜੇ ਬਸ ਹੁਣੇ ਹੁਣੇ ਡਿੱਗ ਚੁੱਕੇ ਹੁਣੀ, ਪਰ ਨਹੀਂ, ਕਈ ਵਾਰ ਪਤਾ ਵੀ ਨਹੀਂ ਹੁੰਦਾ ਮਾੜੀ ਕਿਸਮਤ ਦਾ। ਪਰ ਦੇਖਿਆ ਬਾਬਿਓ, ਇਹ ਕਟਰ ਨਾਲ, ਕਟਰ ਨਾਲ ਨਹੀਂ, ਥੋੜੇ ਪਾਣੀ ਕਿਹਦੇ ਨਾਲ, ਬਸ ਸਮਾਨ ਨੂੰ ਕੱਟ ਵੱਟ ਕਰਦੇ ਪਏ ਸੀ, ਪਹਾੜ ਨੂੰ ਪੂਰਾ ਮੈਂਟੇਨੈਂਸ ਰੱਖ ਰਹੇ ਜੀ, ਪੂਰੀ ਘੈਂਟ ਗੱਲਬਾਤ ਕਰ ਰਹੇ ਜੀ। ਦੇਖੋ ਯਾਰ ਬਾਬੇ, ਮਨਾਲੀ ਮਨੂਲੀ ਛੱਡੋ ਬਾਬੇ, ਉਹ ਰੋਹਤਾਂਗ ਪਾਸ ਵੀ ਛੱਡੋ, ਸਭ ਤੋਂ ਘੈਂਟ ਜਗ੍ਹਾ ਆਹੀ ਆ। ਆਹ ਦੇਖੋ ਬੜਾ ਵਧੀਆ ਵਾ ਇਹ, ਆਹ ਰੋਡ 'ਤੇ ਦੂਰ ਦੂਰ ਤੱਕ ਕੋਈ ਵੀ ਨਹੀਂ ਹੈਗਾ, ਦੇਖੋ ਕੋਈ ਵੀ ਨਹੀਂ ਹੈਗਾ ਦੂਰ ਦੂਰ ਤੱਕ, ਕੋਈ ਨਹੀਂ ਹੈਗਾ। ਇੱਧਰ ਵੀ ਦਿਖਾਉਂਦਾ ਤੁਹਾਨੂੰ, ਕੋਈ ਨਹੀਂ ਹੈਗਾ, ਪਰ ਇੱਥੇ ਆਊਗਾ ਨਾ ਜੇਕਰ, ਮਜ਼ਾ ਬਹੁਤ ਆਊਗਾ। ਲਗਭਗ ਆਪਾਂ ਜਿਹੜਾ ਦਰਚਾ ਬ੍ਰਿਜ ਆ ਉੱਥੇ ਪਹੁੰਚ ਚੁੱਕੇ ਹਾਂ, ਅਤੇ ਬੰਦੇ ਬੱਕਰੀਆਂ ਚਰਾਉਂਦੇ ਹੋਏ ਪੂਰੇ ਜੋਸ਼ 'ਚ। ਆਹ ਦੇਖੋ ਕਿੰਨੀਆਂ ਜ਼ਿਆਦਾ ਬੱਕਰੀਆਂ ਬੱਬੇ, ਬੜੀਆਂ ਬੱਕਰੀਆਂ ਨੇ। ਆਹ ਦੇਖੋ ਖਾਣ ਤੱਕ, ਓਏ ਬੱਕਰੀਆਂ, ਉਹ ਬੱਕਰੀਆਂ ਕਹਿ ਰਿਹਾ, ਭੇਡਾਂ ਨੇ, ਭੇਡਾਂ ਇਹ ਵਿੱਚ ਵਿੱਚ ਮਿਕਸ ਆ ਕੰਮ, ਬੱਕਰੀਆਂ ਵੀ ਨਹੀਂ ਆ। ਆਹ ਦੇਖੋ ਭੇਡਾਂ ਬੱਕਰੀਆਂ, ਉਹ ਕਿੱਦਾਂ ਭਾਈ ਜਾਂਦੀ ਆ। ਸਾਡੀ ਗੱਡੀ ਦੀਆਂ ਨਾ ਪੂਰੀਆਂ ਚੀਕਾਂ ਨਿਕਲਦੀਆਂ ਪਈਆਂ, ਕਿਉਂਕਿ ਸਾਡੀ ਜਿਹੜੀ ਗੱਡੀ ਹੈਗੀ ਸਵਿਫਟ, ਇਹ ਡੀਜ਼ਲ ਆ, ਡੀਜ਼ਲ ਗੱਡੀ ਦਾ ਜ਼ੋਰ ਵੱਧ ਲਾਤਾ ਹੁੰਦਾ ਪਹਾੜਾਂ 'ਚ, ਤਾਂ ਹੀ ਇਹ ਚੱਕਰ ਆ। ਉਹ ਬਾਕੀ ਯਾਰ ਦਰਚਾ ਆ ਕੇ ਤਾਂ ਨਾ, ਦਰਚਾ ਪਤਾ ਨਹੀਂ ਮੈਨੂੰ ਨਾਮ ਹੀ ਲੈਣਾ, ਮੈਂ ਪਤਾ ਨਹੀਂ ਕੀ ਕਹਿੰਦਾ, ਮੈਨੂੰ ਪਤਾ ਨਹੀਂ ਆ ਜੀ, ਜਿੰਨਾ ਕੁ ਮੈਨੂੰ ਆਪਣਾ ਦਿਮਾਗ ਲੱਗਿਆ ਕਿ ਜਗ੍ਹਾ ਬਹੁਤ ਘੈਂਟ ਆ। ਆਹ ਦੇਖੋ ਇੱਥੇ ਨਾ ਕਿੰਨੇ ਵੱਡੇ ਵੱਡੇ ਪਹਾੜ ਨੇ, ਵਧੀਆ ਵਾ ਯਾਰ, ਤੁਸੀਂ ਨਾ ਇੱਥੇ ਆਓ ਘੁੰਮਣ, ਸਭ ਤੋਂ ਵਧੀਆ ਜਗ੍ਹਾ ਇਹੀ ਆ। ਅਤੇ ਜਿਹੜਾ ਕੁੱਲੂ ਮਨਾਲੀ ਆ, ਵਧੀਆ ਨਹੀਂ ਹੈਗਾ ਜੀ, ਉਹ ਵਧੀਆ ਨਹੀਂ ਹੈਗਾ, ਉੱਥੇ ਮਜ਼ਾ ਨਹੀਂ ਆਉਣਾ, ਇੱਥੇ ਆਓ ਤੁਹਾਨੂੰ ਮਜ਼ਾ ਬਹੁਤ ਆਊਗਾ। ਪਰ ਅਸੀਂ ਇੱਕ ਝੈਣ ਜੀ ਚੀਜ਼ ਤੁਹਾਨੂੰ ਦਿਖਾਉਂਦੇ, ਆਹ ਦੇਖੋ ਇਹਨੂੰ ਵਾਟਰਫਾਲ ਕਹੀਏ ਕੀ ਕਹੀਏ ਪਤਾ ਨਹੀਂ, ਬਸ ਘੈਂਟ ਆ। ਝਰਨੇ ਦੇ ਪਾਣੀ ਤੋਂ, ਝਰਨੇ ਦਾ ਪਾਣੀ ਕਹਿ ਲਓ ਯਾਰ, ਮੈਨੂੰ ਨਹੀਂ ਪਤਾ ਕਿਹੜਾ ਪਾਣੀ ਆ ਇਹ, ਪਤਾ ਨਹੀਂ ਕਿਹੜਾ ਪਾਣੀ ਆ। ਆਹ ਪਾਣੀ ਤੋਂ ਹੁਣ ਆਪਾਂ ਬੋਤਲ ਭਰਦੇ ਹਾਂ, ਕਿਉਂਕਿ ਯਾਰ ਅੱਜ ਨਾ ਕੋਈ ਬੋਤਲ ਨਹੀਂ ਲਈ ਹੈਗੀ, ਪੈਸੇ ਲਾ ਕੇ ਅੱਜ ਵੀ ਇੱਕ ਬੋਤਲ ਨਹੀਂ ਲਈ ਹੈਗੀ ਵੀਰੇ। ਆਪਾਂ ਪਾਣੀ ਇਹਦਾ ਇੰਨਾ ਤੇਜ਼ ਆ ਰਿਹਾ ਨਾ, ਪਾਣੀ ਇੰਨਾ ਤੇਜ਼ ਹੋਣ ਦੇ ਕਾਰਨ, ਠੰਡਾ ਪਾਣੀ ਹੋਣ ਦੇ ਕਾਰਨ ਮੈਨੂੰ ਦੂਰ ਦਾ ਠੰਡ ਲੱਗਦੀ ਪਈ ਆ। ਘਰੇ ਜਿੰਨਾ ਫਰਿੱਜ ਵਿੱਚ ਠੰਡਾ ਪਾਣੀ ਹੁੰਦਾ ਨਾ, ਉਸ ਤੋਂ ਵੱਧ ਠੰਡਾ ਪਾਣੀ ਆ ਫਿਰ ਪਿੱਛੇ। ਜਿਵੇਂ ਤੁਸੀਂ ਦੇਖਿਆ ਮੈਂ ਯਾਰ ਝਰਨੇ ਤੋਂ ਭਰਿਆ ਪਾਣੀ, ਅਤੇ ਪਾਣੀ ਤੋਂ ਬਾਅਦ ਇੱਕ ਹੋਰ ਥਾਂ 'ਤੇ ਬੜਾ ਖਤਰਨਾਕ ਜਿਹਾ ਪਾਣੀ ਆਉਂਦਾ ਪਿਆ ਸੀਗਾ, ਉੱਥੇ ਦਾ ਪੂਰਾ ਤਕੜਾ ਕੰਮ ਕਰਕੇ ਆਇਆ ਵਾਂ। ਅਤੇ ਮੈਂ ਵੀਡੀਓ ਬਣਾਉਣ ਨਹੀਂ ਸਾਣਾ, ਮੇਰੇ ਆਹ ਦੇਖੋ ਕੱਪੜੇ ਕੁੱਪੜੇ ਗਿੱਲੇ ਹੋ ਗਏ ਯਾਰ, ਪਰ ਚਲੋ ਹਲੇ ਮੈਂ ਕਹਿੰਦਾ ਥੋੜ੍ਹਾ ਅੱਗੇ ਚੱਲੇ ਹੀ ਸੀਗੇ,
ਤੇ ਰਸਤੇ 'ਚ ਇੱਕ ਨਾ ਝੀਲ ਜੀ ਵਰਗਾ ਜਵਾੜਮੈਂਟ ਜਿਹਾ ਦਿਖ ਗਿਆ। ਝੀਲ ਕੀ ਮੰਨ ਲਓ, ਕੁਛ ਵੀ ਕਹਿ ਸਕਦੇ ਉਹਨੂੰ, ਲੇਕ ਮੰਨ ਲਓ ਛੋਟੀ ਜਿਹੀ ਇੱਕ। ਇਸ ਸਾਈਡ ਆ ਦੇਖੋ ਪਹਾੜ। ਇਨ ਵਾਦੀਓ ਮੇ ਹਮ ਦੋਨੋਂ ਘੁੰਮ ਰਹੇ ਹੈ। ਹਾਂਜੀ ਮਿੱਤਰੋ, ਤੇ ਹੁਣ ਲਗਭਗ ਆਪਾਂ ਪਹੁੰਚ ਚੁੱਕੇ ਹਾਂ 12 ਲੱਖਾਂ ਤੋਂ 30-35 ਕਿਲੋਮੀਟਰ ਪਿੱਛੇ ਹਾਂ। ਬਾਈ ਨੂੰ ਪੁੱਛਦਾ, ਭਈਆ ਇਹ ਕਿਆ ਜਗ੍ਹਾ ਹੈ? ਦੀਪਕ ਤਾਲ ਹੈ ਨਾ, ਦੀਪਕ ਤਾਲ। ਹਾਂ ਤੇ ਯਾਰ ਆਪਾਂ ਪਹੁੰਚ ਚੁੱਕੇ ਹਾਂ ਦੀਪਕ ਤਾਲ। ਆ ਦੇਖੋ ਦੀਪਕ ਤਾਲ ਇੱਦਾਂ ਦਾ ਦੇਖਦਾ ਬਾਬੇ। ਉਹ ਆ ਦੇਖੋ ਵਿੱਚ ਦੇ ਕਿਸ਼ਤੀ ਜੀ ਹੈਗੀ ਛੋਟੀ ਜਿਹੀ ਇੱਕ। ਹਾਂ ਦੇਖੋ ਬਾਕੀ ਆ ਝੰਡੇ ਹੀ ਲੱਗੇ ਹੁੰਦੇ ਆ। ਬਾਕੀ ਚਲੋ ਹੁਣ ਇੱਥੇ ਹੁਣ ਘੈਂਟ ਘੈਂਟ ਜਾਂ 2-4 ਫੋਟੋਆਂ ਖਿੱਚਦੇ ਹਾਂ। ਫੋਟੋਆਂ ਦੇਖਣ ਲਈ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ ਬ੍ਰੋ। ਰਸਤਾ ਇੰਨਾ ਡੇਂਜਰਸ ਆ ਗਿਆ ਨਾ, ਬਹੁਤ ਡੇਂਜਰਸ ਦਿਖਾਉਣਾ। ਪਾਣੀ ਪਾਣੀ ਪੁਣੀ ਤਾਂ ਸਭ ਰੋਡ ਰੂਟ 'ਤੇ ਜਾਂਦਾ। ਥੋੜ੍ਹਾ ਜਿਹਾ ਅੱਗੇ ਤੱਕ 20 ਮੀਟਰ ਤੱਕ ਇੱਦੀ ਜਾਣਾ। ਕੰਮ ਖਰਾਬ ਹੋ ਗਿਆ। ਆਹ ਦੇਖੋ ਪਾਣੀ ਇੱਥੇ ਬੜਾ ਡੇਂਜਰਸ ਆ ਵਾ, ਬਹੁਤ ਜ਼ਿਆਦਾ ਠੰਡਾ ਪਾਣੀ ਆ। ਨਾਲ ਦੇ ਬੰਦੇ ਨਾਲ ਉਹਨੇ ਗੱਡੀ 'ਚ ਲਾ ਦੇ, ਆਰਾਮ ਨਾਲ ਚੱਲੀ ਓਏ, ਇੱਧਰ ਪਾ ਲਾ। ਚੱਲ ਕਰ ਲਾ, ਆ ਜਾ ਓਏ। ਯਾਰ ਕੰਮ ਖਰਾਬ ਕਰ ਰਿਹਾ ਯਾਰ, ਜਾਓ ਧੱਕਾ ਲਾਓ ਬੱਬੇ, ਚੱਪਲ ਲੈ ਜਾ ਯਾਰ ਮੇਰੀ। ਚੱਲ ਜਾ ਉਹ ਬਾਈ, ਡਿੱਗ ਗਿਆ ਬਾਬੇ। ਬਾਹਲੀ ਜ਼ਿਆਦਾ ਬੁਰਾ ਹਾਲ ਹੈ ਇੱਥੇ, ਬਹੁਤ ਜ਼ਿਆਦਾ। ਇੱਕ ਤਾਂ ਪਾਣੀ ਇੰਨਾ ਠੰਡਾ, ਪਾਣੀ ਪੈਰ ਰੱਖਣ ਨੂੰ ਮਨ ਨਹੀਂ ਕਰ ਰਿਹਾ। ਜਦੋਂ ਮਾੜਾ ਮਨ ਕੀਤਾ ਪੈਰ, ਯਾਰ ਪੈਰ ਲੱਗਦੇ ਨਹੀਂ, ਪੈਰ ਹੈਗੇ ਆ। ਗੱਡੀ ਦਾ ਕੰਮ ਵਾਲਾ ਕਰਨਾ, ਹੋਰ ਗੱਡੀ ਫਸ ਗਈ ਯਾਰ, ਫਸ ਗਈ ਗੱਡੀ ਯਾਰ ਇੱਥੇ। ਆਹ ਪਾਣੀ ਦੇਖੋ ਸਾਲਾ, ਭੈਣ ਪਤਾ ਨਹੀਂ ਕਿੱਥੋਂ ਕਿੱਥੋਂ ਆਈ ਜਾਂਦਾ। ਨੰਗੇ ਪੈਰੀ ਆਉਣਾ ਮੈਂ ਤਾਂ, ਦੇਖੋ ਤੁਹਾਨੂੰ ਸਲਾਹ ਦਿੰਦਾ ਯਾਰ ਇੱਕ। ਆਹ ਦੇਖੋ ਬੰਦੇ ਨਾਲ ਗੱਡੀ ਜਾਂਦੇ ਮੋਟਰਸਾਈਕਲ ਬਾਈਕਾਂ, ਕਦੇ ਵੀ ਨਾ ਆਊਗੇ ਜੇਕਰ ਇੱਥੇ ਛੋਟੀ ਗੱਡੀ ਨੂੰ ਲੈ ਕੇ ਆਇਓ ਵੀਰੇ। ਛੋਟੀ ਗੱਡੀ ਨਾ ਫੁੱਲ ਫਸਦੀ ਆ ਨਾ, ਬਹੁਤ ਪੰਗਾ ਪੈਂਦਾ, ਬਹੁਤ ਜ਼ਿਆਦਾ। ਇਹ ਯਾਰ ਬਹੁਤ ਕੰਮ ਖਰਾਬ ਹੁੰਦਾ ਇੱਥੇ। ਪੈਰਾਂ ਦੀ ਹਾਲਤ ਬਹੁਤ ਖਰਾਬ ਹੋ ਰਹੀ ਆ, ਬਹੁਤ ਖਰਾਬ ਹੋ ਰਹੀ ਪੈਰਾਂ ਦਾ ਨਾ ਯਾਰ। ਇੱਕ ਮਿੰਟ ਜੇਕਰ ਤੁਸੀਂ ਆਹ ਵਾਲੇ ਪਾਣੀ ਰਹਿ ਲਏ ਜਿਹੜਾ ਜਾ ਰਿਹਾ ਵਾ, ਖਤਮ ਹੋ ਤੁਸੀਂ ਬੰਦੇ। ਪਾਣੀ ਪਤਾ ਕਿੰਨਾ ਠੰਡਾ ਹੁੰਦਾ ਇਹ, ਬਹੁਤ ਠੰਡਾ ਪਾਣੀ ਆ। ਬਸ ਚਲੋ ਬਾਕੀ ਹੁਣ ਆਪਣੀ ਗਾੜੀ ਤੋਂ ਭਈਆ ਜੀ ਨਿਕਲ ਚੁੱਕੀ ਹੈ। ਸਾਡੀ ਗੱਡੀ ਉਹ ਖੜੀ ਆ ਤੇ ਜਿਹੜਾ ਬਾਈਕ ਆ ਹੁਣੀ ਉਹ ਵਾਲਾ ਡਿੱਗ ਗਿਆ ਸੀਗਾ। ਬਾਕੀ ਹਵਾ ਬਹੁਤ ਤੇਜ਼ ਚੱਲ ਰਹੀ ਆ, ਮੀਂਹ ਵੀ ਥੋੜ੍ਹਾ ਥੋੜ੍ਹਾ ਪੈ ਰਿਹਾ, ਥੋੜ੍ਹਾ ਥੋੜ੍ਹਾ। ਬਸ ਯਾਰ ਉੱਥੋਂ ਜਿਹੜਾ ਦੂਰ ਤੋਂ ਲੈ ਕੇ ਇੱਥੇ ਤੱਕ ਅਸੀਂ ਪਾਰ ਕਰ ਲਿਆ, ਆਹ ਥੋੜ੍ਹੀ ਜਿਹੀ ਰਹਿ ਗਈ ਬਸ, ਇਹ ਨਹੀਂ ਪਾਰ ਹੋ ਰਹੀ ਕਿਉਂਕਿ ਇਹ ਥੋੜ੍ਹੀ ਡੂੰਘੀ ਆ, ਇਹਦੇ ਪੱਥਰ ਵੱਡੇ ਵੱਡੇ ਆ ਤਾਂ। ਬਾਕੀ ਚਲੋ ਕੋਈ ਨਾ, ਆਹ ਡਜ਼ੈਰ 'ਚ ਜਾਂਦੀ ਪਈ ਆ, ਡਜ਼ੈਰ ਦੇ ਮਗਰ ਹੀ ਲਾ ਕੇ ਨਾਲ ਹੀ ਆਪਾਂ ਖਿੱਚ ਦੇਣੀਆਂ। ਚਲੋ ਜੀ ਡਜ਼ੈਰ ਫਸ ਗਈ, ਆਪਾਂ ਨੂੰ ਪਤਾ ਸੀ ਸਾਡੀ ਗੱਡੀ ਫਸੀ, ਇਹ ਕਿਹਨੂੰ ਫਸੂਗੀ, ਉਹ ਹੀ ਫਸ ਗਈ ਆ। ਬਸ ਚਲੋ ਕੋਈ ਨਹੀਂ, ਦੇਖਦੇ ਹਾਂ ਕਿੱਦਾਂ ਜੋ ਹੁੰਦਾ। ਸਾਡੀ ਵਾਰੀ ਆ ਗੱਡੀ ਕੱਢਣ ਦੀ, ਜੇਕਰ ਨਿਕਲ ਜਾਂਦੀ ਆ ਤੇ ਠੀਕ ਆ, ਜੇ ਨਹੀਂ ਨਿਕਲਦੀ ਤਾਂ ਫਿਰ। ਸਾਡੀ ਗੱਡੀ ਨਿਕਲ ਗਈ ਆ ਹੁਣ, ਗੱਡੀ ਜਦੋਂ ਨਿਕਲ ਗਈ ਹੁਣ ਚਲੋ ਚੱਲੀ ਅਗਲੇ ਸਫ਼ਰ 'ਤੇ। ਜਿਹੜੀ ਹਵਾ ਚੱਲਦੀ ਪਈ ਆ ਨਾ, ਹਵਾ ਭੈਣ ਦੀ ਚੀਰਦੀ ਪਈ ਆ ਪੂਰੀ, ਪੂਰਾ ਸਵਾਦ ਆ ਰਿਹਾ ਯਾਰ ਬਾਬੇ, ਉਹ ਭੈਣ ਦੀ ਮਜ਼ਾ ਆ ਰਿਹਾ ਵਾ, ਬੜੀ ਮਜ਼ਾ ਜ਼ਿੰਦਗੀ ਦਾ, ਚਿੰਤ ਕਰੋ ਹੋਰ ਚੀਜ਼ਾਂ ਜ਼ਿੰਦਗੀ ਦਾ। ਚਲੋ ਚਲੋ ਜੀ, ਥੋੜ੍ਹੀ ਗੱਡੀ ਹੋਰ ਕੇ ਕੱਢੀ ਸੀ, ਸਾਨੂੰ ਇੱਕ ਹੋਰ ਨਵਾਂ ਪੰਗਾ ਪੈ ਗਿਆ। ਆਹ ਦੇਖੋ ਚਲੋ ਧੂੰਆਂ ਧੂੰਆਂ ਹੋ ਗਿਆ। ਰੁਕ ਮੇਰੀ ਗੱਲ ਸੁਣ, ਰੁਕ ਰੁਕ ਰੁਕ, ਪਿੱਛੇ ਲਿਆ ਗਈ ਗਾੜੀ, ਚੱਲ ਜਾਣ ਦੇ ਹੁਣ, ਦੱਬਦਾ ਨੀ। ਅਰੇ ਇਸ ਸਮੇਂ ਜਾਤੀ ਗਾੜੀ ਯਾਰ, ਇਹ ਕਰ ਜਾਨ ਲਗਵਾ ਰਿਹਾ ਗਾੜੀ, ਕੱਢ ਲਈ ਬ్రో ਗੱਡੀ। ਸਾਡਾ ਬੰਦਾ ਥੋੜਾ ਦਿਮਾਗ ਨਹੀਂ ਲਾਉਂਦਾ ਅੱਜ, ਅੱਗੇ ਸਾਡਾ ਘਰੇ ਬੜਾ ਲਾਉਂਦਾ ਹੁੰਦਾ, ਮੈਂ ਇਦਾਂ ਕਰ ਦੂੰ ਇਦਾਂ ਕਰ ਦੂੰਗਾ,
अच्छा हमने जमा दिमाग नहीं लाया, बाहरले बंदे ने समझाया गड्डी इदा कट्टी दी हुंदी आ। बेटा चल भुख लगी है बहुत ज्यादा, तेज हवा भी बहुत ज्यादा तेज चल रही है। आ कैफे आ जिथे रुके माड़ा जा, सोच रहे कुछ खाने के लिए पर जेडे साडे पेट में पैसे आ नेट ना चलन होने के कारण पैसे किसी को पे नहीं कर सकते, पैसे नहीं पे करेंगे तो अगला सू खाने भी यही पंगा। बाकी हम बाकी देख लो ठीक है, समूह समूह चुन आप चुके हैं बहुत मीह पै रहा अंदर बैठ गया, मीह भी बहुत ज्यादा ठंडा। इस टाइम है आप जिसपा के जिसपा पहला गड्डी के अंदर बहना क्योंकि बाहर बहुत ही हवा चलती पी है। ढाबा जहा है पिछे मैं थोड़ा दिखा, पहला अपन ज्यादा सारी कैरी कर लेने चिंगम बबलगम चक लिया यार, जोड़ा अज का ब्लॉग से बस इतें ही खत्म होंगे। इस टाइम मैं है जिसपा के उधर ढाबा वा उत्थे मैं खाना पीना होनी मैगी मूगी खा के आया, मैं सवेरे मैगी खाधी हूँ भी मैगी खाधी है, भुख ही लगी चाह बहुत चढ़ाया घूमन का, घूमन का जिन्ना चाह से हूँ उतर गया। इतनी ब्लॉग में एंड करते हैं, हूँ जाऊँगा मैं आराम ना करे वो ब्रो। हाँ व्यू मैंने तो बहुत वधिया लग्या, बाकी हूँ जल्दी ही इस तो भी तगड़े व्यू के नाल थोनू ब्रो मिलेंगे। वीडियो लाइक कर दो, कमेंट कर दो, शेयर कर दो एंड डू फॉलो मी ऑन माई इंस्टाग्राम अकाउंट और इंस्टाग्राम के अकाउंट से यार मैंने फॉलो कर लियो, मैं भी थोड़ी इंग्लिश बोल लेना तो मिल जाए थोड़ा अगले किसी कैन जो ब्लॉग तद तक ली टिल दैन टेक केयर बाय बाय। एक जलंधर वाली कुड़ी होगी देखती होगी तो जेकर तुम देखते पे हो ना तो एक कमेंट जरूर करो ठीक है। बाकी हवा बहुत तेज चलती पी है ब्रो, बाय।